जो मसला चुप से हल हो जाए तो बोलने की जरूरत नहीं है जी। 100% एक ही है असी, वो तो तुसी करे हो, दो मीडिया वाले ने सारे एक ही है, किसान का एको धर्म है। गलबात करांगे बब्बू मान जी इत्थे मौजूद ने, गुरफते दी सांझ करदे जी, वाहेगुरु जी का खालसा फतेह जी, फतेह जी, राम राम सलाम। लगातार तुसी सिंघू बॉर्डर ते कई हाजरियां परियां, अज तुसी गाजीपुर बॉर्डर राकेश टिकैत जी दे कोल सपोर्ट देन आए हो? नहीं, अपना धरना है सारा, सारा सारा सारी धरती साड़ी है। असी ये क्यों सोचते हैं असी सिंघू बॉर्डर ते जाना है, असी पंजाब दी गल करनी है। असी जिहड़े यूपी वाले दबे कुचले हैं, साडे जिहड़े बोल नहीं सी रहे, इन्हां दी असी पावर बन के आए हैं। अज देखो सारा यूपी खड़ा हो गया। 28 जनवरी दी रात ने इदां लगदा सीगा जिद्दां इत्थे ना धरना रहना ही नहीं, पर गुर साहब ने ऐसी जिहड़ी मोढ़ा जिहड़ा ना इह फेसबुक ते लगदा सी इदां। ਤੁਸੀਂ ਦੇਖੋ ਜ਼ਮੀਨੀ ਹਕੀਕਤ ਹੋਰ ਹੁੰਦੀ ਹੈ ਫੇਸਬੁੱਕ ਤੇ, ਤਾਂ ਤੁਸੀਂ ਜਦੋਂ ਹੁਣ ਦੇਖਦੇ ਹੋ ਸਿਆਸੀ ਪਾਰਟੀ ਕੋਈ ਹੋਰ ਹੁੰਦੀ ਹੈ, ਜਿੱਤ ਕੋਈ ਹੋਰ ਜਾਂਦਾ, ਇਹ ਫੇਸਬੁੱਕ ਹੈ, ਗਰਾਊਂਡ ਰਿਐਲਿਟੀ ਨਹੀਂ। ਗਰਾਊਂਡ ਰਿਐਲਿਟੀ ਆ ਹੈ। ਗੋਦੀ ਮੀਡੀਆ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਕਿ ਸ਼ਾਇਦ ਕਿ ਇੱਥੇ ਨਾ ਆਪਣਾ ਸਹਿਮਤੀ ਦੇ ਨਾਲ ਮੋਰਚਾ ਚੱਕਣਗੇ, ਪਰ ਅੱਜ ਤਾਂ ਦੁੱਗਣਾ ਚੋਣ। ਉਹ ਸਰ ਤੁਸੀਂ ਬੜੇ ਭਾਈ, ਤੁਸੀਂ ਡਰੋਨ ਲੈ ਕੇ ਨਾ ਤੁਸੀਂ ਸਿੰਘੂ ਬਾਰਡਰ ਟਿੱਕਰੀ ਬਾਰਡਰ ਤੇ ਸ਼ੂਟ ਕਰਕੇ ਤਾਂ ਉਹ 50 ਕਿਲੋਮੀਟਰ ਲੰਬਾ ਜਾਂ ਲੱਗਿਆ ਹੋਇਆ ਧਰਨਾ ਐਵੇਂ। ਇਹ ਦੇਖੋ ਜਦੋਂ ਆਦਮੀ ਸ਼ੋਹਰਤ ਜਿਹੜੀ ਐਸੀ ਚੀਜ਼ ਹੈ ਨਾ, ਇਹ ਤੁਹਾਡੀਆਂ ਕਬੂਤਰਾਂ ਨੂੰ ਅੱਖਾਂ ਬੰਦ ਕਰਾ ਦਿੰਦੀ ਹੈ। ਤੁਹਾਨੂੰ ਲੱਗਦਾ ਕਿ ਵੀ ਬਸ ਜੋ ਮੈਂ ਕਰਤਾ ਮੈਂ ਹੀ ਮੈਂ, ਇੱਦਾਂ ਨਹੀਂ ਹੁੰਦਾ, ਇਹ ਦੁਨੀਆ ਮੈਂ ਨਹੀਂ, ਇਹ ਤੂੰ ਹੈ। ਕੀ ਲੱਗਦਾ ਕਿ ਮੋਰਚਾ ਕਿਸ ਸਰੂਪ ਦੇ ਵਿੱਚ ਜਾ ਰਿਹਾ? ਲਗਾਤਾਰ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ 26 ਜਨਵਰੀ ਤੋਂ। ਕੁਛ ਨਹੀਂ ਹੁੰਦਾ, ਸਭ ਆਪਣੇ ਹੈ। ਦੇਖੋ ਇਹ ਵਕਤ ਗੱਲ ਦਾ ਨਹੀਂ, ਨਾ ਦਲੀਲ ਦਾ, ਇਹ ਵਕਤ ਸਿੱਧੇ ਤੁਰਨ ਦਾ। ਖੱਬੇ ਸੱਜੇ ਨਹੀਂ ਦੇਖਣਾ ਆਪਾਂ, ਤੁਸੀਂ ਵੀ ਨਹੀਂ ਦੇਖਣਾ। ਤੁਸੀਂ ਵੀ ਬੇਨਤੀ ਹੈ, ਕਦੇ ਇੱਦਾਂ ਦਾ ਸਵਾਲ ਹੀ ਨਹੀਂ ਕਰਨਾ ਕਿਸੇ ਨੂੰ ਵੀ ਐਂ ਹੋ ਗਿਆ ਸੀ, ਉਹ ਭੁੱਲ ਜਾਓ। ਇੱਦਾਂ ਅੰਦੋਲਨਾਂ 'ਚ ਹੁੰਦਾ ਹੁੰਦਾ, ਕੋਈ ਕੋਈ ਆਪਸੀ ਤਕਰਾਰ ਹੈ, ਕੁਛ ਨਹੀਂ। ਸਾਰੇ ਆਪਾਂ ਪੰਜਾਬੀ ਹੈ, ਇਹ ਸਾਡੇ ਨਾਲ ਯੂਪੀ ਜੁੜ ਗਿਆ, ਹੁਣ ਸਾਡੇ ਨਾਲ ਖਾਬ ਪੰਚਾਇਤਾਂ ਜੁੜ ਗਈਆਂ, ਛੱਡ ਦਿਓ ਇਹਨੂੰ। ਇਹ ਅਸੀਂ ਇੱਕ ਹੈ ਅਤੇ ਅਸੀਂ ਇਸ ਅੰਦੋਲਨ 'ਚ ਕਿਉਂ ਆਏ ਹਾਂ? ਅਸੀਂ ਤਾਂ MSP ਵੀ ਤਰਾਉਣੀ, ਆਹ ਲਾਗੂ ਕਰਾਉਣਾ, ਜਿਹੜਾ ਕਾਨੂੰਨ ਇਹ ਰੱਦ ਕਰਾਉਣੇ ਹੈ, ਉਸ ਤੋਂ ਬਾਅਦ ਅਸੀਂ ਜਿਹੜੀਆਂ ਬਾਕੀ ਫਸਲਾਂ ਉਹਨਾਂ ਦੇ ਵੀ ਰੇਟ ਤੈਅ ਕਰਾਉਣੇ ਹੈ, ਬਸ ਗੱਲ ਖਤਮ। ਉਸ ਤੋਂ ਬਾਅਦ ਵਿਚਾਰਾਂਗੇ ਕੌਣ ਸਹੀ ਹੈ ਕੌਣ ਗਲਤ ਹੈ। ਖਾਬ ਪੰਚਾਇਤਾਂ ਜਿਸ ਤਰੀਕੇ ਆਈ ਹੈ, ਕਿੱਦਾਂ ਲੱਗਦੇ ਹੋ, ਕਿੰਨਾ ਅੰਦੋਲਨ ਵਧੀਆ? ਇਹ ਅੱਛਾ ਰੁਝਾਨ ਹੈ, ਪੰਜਾਬ 'ਚ ਵੀ ਇੱਦਾਂ ਪੰਚਾਇਤਾਂ ਹੋਣੀਆਂ ਚਾਹੀਦੀਆਂ। ਅਸੀਂ ਇਸ ਮਾਮਲੇ 'ਚ ਬਹੁਤ ਪਿੱਛੇ ਹਾਂ, ਇਹ ਸਾਤੋਂ ਅੱਗੇ ਲਾਂਗੇ। ਅੰਦੋਲਨ 'ਚ ਸਾਡੀ ਸ਼ੁਰੂਆਤ ਅੱਛੀ ਰਹੀ, ਅਸੀਂ ਜੋੜ ਲਏ, ਹੁਣ ਸਾਨੂੰ ਇਹਨਾਂ ਵਾਂਗੂ ਪੰਚਾਇਤਾਂ ਵਾਲਾ ਜਿਹੜਾ ਕੰਮ ਹੈ ਉਹਨੂੰ ਅਮਲੀ ਰੂਪ ਦੇਣਾ ਚਾਹੀਦਾ। ਅੱਛਾ, ਜਿਸ ਤਰੀਕੇ ਨਾਲ ਆਪਾਂ ਬੜੀ ਵਧੀਆ ਚੀਜ਼ ਬਿਰ ਦੇਖਿਆ ਕਿ ਪਾਣੀ ਥਾਂ ਥਾਂ ਤੋਂ ਲੈ ਕੇ ਇੱਥੇ ਆ ਰਿਹਾ ਹੈ, ਔਰ ਰਾਕੇਸ਼ ਟਿਕੈਤ ਦੀ ਸਪੋਰਟ ਦੇ ਵਿੱਚ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕੋਈ ਵੀ ਜ਼ਾਤ ਇੱਕੋ ਹੁੰਦੀ ਹੈ, ਇੱਕ ਅਮੀਰ ਜ਼ਾਤ ਹੈ, ਇੱਕ ਗਰੀਬ ਜ਼ਾਤ ਹੈ, ਤੇ ਜਿਹੜੇ ਅਮੀਰ ਵਰਗ ਹੁੰਦਾ ਹੈ ਉਹ ਆਪਣੇ ਹਿਸਾਬ ਨਾਲ ਦੁਨੀਆ ਪਲਾਨ ਕਰਦਾ ਹੈ। ਮੈਜੋਰਟੀ ਪੀਪਲ ਆਮ ਹੁੰਦੇ ਆ, ਅਸੀਂ ਆਮ ਹੈ, ਪਰ ਇਹ ਹੁਣ ਵਕਤ ਬਦਲ ਗਿਆ, ਸਾਇੰਟਿਫਿਕ ਯੁੱਗ ਆ ਗਿਆ, ਹੁਣ ਇਹ ਕੱਲੀਆਂ ਝੂਠੇ ਗਿਆਨ ਦਾ ਟਾਈਮ ਨਹੀਂ ਵੀ ਐਂ ਹੋ ਜਾਂਦਾ ਐਂ ਹੋ ਜਾਂਦਾ, ਇਹ ਗੱਲਾਂ ਨਹੀਂ, ਹੁਣ ਪ੍ਰੈਕਟੀਕਲ ਹੈ, ਹੁਣ ਸਭ ਕੁਝ ਸਾਹਮਣੇ ਹੈ। ਅਸੀਂ ਸਵਾਲ ਹੈ ਕਿ ਜਿਸ ਤਰੀਕੇ ਨੌਜਵਾਨਾਂ ਨੂੰ ਨਾ ਜਿਹੜਾ ਹੈਗਾ ਨਾ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਨੋਦੀਪ ਕੌਰ ਹੈ ਜਾਂ ਕਈ ਹੋਰ ਜਣੇ ਹੈਗੇ ਆ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਸ ਤਰੀਕੇ ਪ੍ਰੈਸ਼ਰ ਕੀਤਾ ਜਾ ਰਿਹਾ ਅੰਦੋਲਨ ਦੇ ਵਿੱਚ ਜਿਹੜੇ ਮਦਦ ਕਰ ਰਹੇ ਨੇ? ਕੋਈ ਨਹੀਂ, ਉਹ ਸਮਝੋ ਨਹੀਂ, ਉਹ ਸਰਕਾਰ ਦਾ ਆਪਣਾ ਕੰਮ ਹੈ, ਉਹ ਕਈ ਬਹਾਨੇ ਬਣਾ ਕੇ ਇੱਦਾਂ ਕਰਦੇ ਹੋ ਨੇ, ਆਪਣੇ ਕੋਲ ਵਕੀਲ ਹੈਗੇ ਆ, ਆਪਾਂ ਉੱਥੇ ਜਵਾਬ ਦੇ ਸਕਦੇ ਹਾਂ, ਇਹਨਾਂ ਕੇਸਾਂ ਦਾ ਕੁਛ ਨਹੀਂ ਬਣਨਾ।